ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਕਲਾ ਤੇ ਕਲਪਨਾ ਸੰਸਾਰ ਵਿੱਚ ਸੁੰਦਰਤਾ ਨੂੰ ਪਛਾਣਨ ਤੇ ਆਪਣੇ ਜੀਵਨ ਕਾਲ ਵਿੱਚ ਸੁੰਦਰਤਾ ਨੂੰ ਸਿਰਜਣ ਦੇ ਕਾਰਜ ਨੂੰ ਕਲਾ ਕਹਿੰਦੇ ਹਨ ਸੰਸਾਰ 'ਚ ਜੋ ਕੁਝ ਵੀ ਸੁੰਦਰ ਉੱਤਮ ਤੇ ਕਲਿਆਣਕਾਰੀ ਹੈ ਉਹਨੂੰ ਸਾਂਭਣ ਦਾ ਕਾਰਜ ਕਲਾ ਕਰਦੀ ਹੈ ਸੰਸਾਰ 'ਚ ਇੱਕ ਨਿਰੰਤਰ ਸੰਘਰਸ਼ ਚੱਲ ਰਿਹਾ ਹੈ ਚੁੱਪ ਦਾ ਰੌਲੇ ਨਾਲ ਜੀਵਨ ਦਾ ਮੋਤ ਨਾਲ ਨੰਗੇ ਪੈਰਾਂ ਦਾ ਰਸਤਿਆਂ ਨਾਲ ਕਲਾ ਦਾ ਕ੍ਰੂਪਤਾ ਨਾਲ ਅਮਨ ਦਾ ਜੰਗ ਨਾਲ ਇਮਾਨਦਾਰੀ ਦਾ ਬੇਈਮਾਨੀ ਨਾਲ ਖਲੋਤਿਆਂ ਦਾ ਬੈਠਿਆਂ ਨਾਲ ਸੰਘਰਸ਼ ਦੀਆਂ ਦੋ ਧਿਰਾਂ ਹੁੰਦੀਆਂ ਹਨ ਤੀਜੀ ਧਿਰ ਦੇ ਉਤਪਨ ਹੋਣ ਨਾਲ ਸੰਘਰਸ਼ ਅਸਾਵਾ ਹੋ ਜਾਂਦਾ ਹੈ ਇਹ ਦੋ ਧਿਰਾਂ ਹਨ ਮਨ ਤੇ ਹਥਿਆਰ ਲੜਾਈ ਕਿੰਨੀ ਵੀ ਲੰਮੀ ਹੋਵੇ ਅੰਤ ਨੂੰ ਮਨ ਜਿੱਤਣਗੇ ਹਥਿਆਰ ਹਾਰਨਗੇ ਕਿਉਂਕਿ ਕਲਾ ਵਾਲੀ ਕਲਿਆਨਕਾਰੀ ਧਿਰ ਮਨ ਦੇ ਪੱਖ ਵਿੱਚ ਹੈ ਜੀਵਨ ਜਿਉਣਾ ਤੇ ਜੀਵਨ ਮੰਨਣਾ ਦੋ ਵੱਖੋ ਵੱਖਰੇ ਵਰਤਾਰੇ ਹਨ ਜੀਵ ਜੰਤੂ ਜੀਵਨ ਜਿਉਂਦੇ ਹਨ ਪਰ ਜੀਵਨ ਮੰਨਦੇ ਕਲਾਕਾਰ ਮਨੁੱਖ ਹਨ ਸਥਿਤੀ ਕਿੰਨੀ ਵੀ ਨਿਰਾਸ਼ਾ ਜਨਕ ਹੋਵੇ ਜੀਵਨ ਮੰਨਣ ਦੀ ਤੰਗ ਉਸ ਤੋਂ ਕੋਈ ਰਾਹ ਲੱਭ ਹੀ ਲਏਗੀ ਰਾਤ ਕਿੰਨੀ ਵੀ ਲੰਮੀ ਹੋਵੇ ਅੰਤ ਨੂੰ ਸਵੇਰ ਹੋਏਗੀ ਬੱਦਲ ਕਿੰਨੇ ਵੀ ਭਰੇ ਹੋਈ ਹੋਣ ਅੰਤ ਨੂੰ ਸੂਰਜ ਨਿਕਲੇਗਾ ਜੀਵਨ ਮਾਨਸ ਰੋਵਰ ਝੀਲ ਵਾਂਗ ਹੈ ਇਹਨੇ ਭਰਦੇ ਰਹਿਣਾ ਹੈ ਇਹਨੇ ਸਤਲੁਜ ਵਾਂਗ ਵਗਦੇ ਰਹਿਣਾ ਹੈ ਜਿੰਨਾ ਪਾਣੀ ਕੋਈ ਝੀਲ ਆਪਣੇ ਵੱਲ ਖਿੱਚ ਸਕੇਗੀ ਓਨੀ ਉਹ ਡੂੰਗੀ ਤੇ ਵਿਸ਼ਾਲ ਹੁੰਦੀ ਜਾਏਗੀ ਕਲਾ ਸੁੰਦਰਤਾ ਦੇ ਦਰਸ਼ਨ ਦੀਦਾਰ ਕਰਕੇ ਪ੍ਰਸੰਨ ਹੋਣ ਦੀ ਇੱਛਾ ਚੋਂ ਜਨਮ ਲੈਂਦੀ ਹੈ ਕਿਸੇ ਕਲਾਕ੍ਰਿਤ ਦੇ ਸੋਝ ਨੂੰ ਮੰਨਣਾ ਆਪਣੇ ਆਪ ਨੂੰ ਲੱਭ ਪੈਣ ਵਾਂਗ ਹੁੰਦਾ ਹੈ ਸੋਜ ਉਪਜਾਉਣਾ ਕਲਾ ਦਾ ਸਰਵੋਤਮ ਉਦੇਸ਼ ਹੁੰਦਾ ਹੈ ਕਲਾ ਸੁੰਦਰਤਾ ਨੂੰ ਸਿਰਜਦੀ ਹੈ ਸੋਜ ਦੇ ਦੀਦਾਰ ਕਰਵਾਉਂਦੀ ਹੈ ਸੁੰਦਰਤਾ ਦਾ ਗਿਆਨ ਸਾਡੇ ਚੋਂ ਸਵਾਰਥੀ ਰੁਚੀਆਂ ਧੋ ਦਿੰਦਾ ਹੈ ਕਲਾ ਇੱਕ ਵਾਤਾਵਰਨ ਸਿਰਜਦੀ ਹੈ ਜਿਸ ਚ ਮਨੁੱਖਤਾ ਨੂੰ ਸਾਹ ਸੌਖਾ ਆਵੇ ਤੇ ਜਦੋਂ ਮਨੁੱਖਤਾ ਨੂੰ ਸਾਹ ਸੌਖਾ ਆਏਗਾ ਤਾਂ ਨਾ ਕੋਈ ਨੀਵੀਂ ਹਰਕਤ ਕਰੇਗਾ ਨਾ ਕਿਸੇ ਦੀ ਨੀਵੀਂ ਹਰਕਤ ਵਾਲ ਧਿਆਨ ਜਾਏਗਾ ਉੱਚੀ ਕਲਾ ਉਹ ਹੁੰਦੀ ਹੈ ਜਿਸ 'ਚ ਸੱਚ ਦੇ ਅਨੁਭਵ ਦੇ ਉੱਚੇ ਮਿਆਰ ਸਥਾਪਿਤ ਕੀਤੇ ਜਾਣ ਉੱਚੀ ਕਲਾਕ੍ਰਿਤ ਦੇ ਨੇੜੇ ਵਿਚਰਦੇ ਆ ਅਸੀਂ ਸੰਪੂਰਨਤਾ ਸੰਤੁਲਨ ਤੇ ਪ੍ਰਸੰਤਾ ਦੇ ਵਾਤਾਵਰਨ ਚ ਉੱਚੇ ਉੱਠਦੇ ਆ ਤੇ ਸਾਡੇ ਸਾਹਮਣੇ ਅਨੁਭਵ ਤੇ ਅਹਿਸਾਸ ਦੀ ਨਵੇਂ ਦੁਮੇਲ ਉਜਾਗਰ ਹੁੰਦੀ ਹੈ ਅਜੋਕੇ ਯੁੱਗ ਦੀਆਂ ਆਰਥਿਕ ਮਜਬੂਰੀਆਂ ਰਾਜਨੀਤਿਕ ਕਲਾਵਾਜ਼ੀਆਂ ਨਿੱਕੀਆਂ ਲੜਾਈਆਂ ਨੀਵੀਆਂ ਲਾਲਸਾਵਾਂ ਸਾਨੂੰ ਸੁੰਦਰ ਤੇ ਸੋਜਮਈ ਕਲਾ ਖੇਤਰਾਂ ਤੋਂ ਨਿਰੰਤਰ ਦੂਰ ਲੈ ਜਾ ਰਹੀਆਂ ਹਨ ਕਦੇ ਨਾ ਕਦੇ ਉਹ ਯੁੱਗ ਆਏਗਾ ਜਦੋਂ ਲੋਕਾਈ ਸਭ ਸਰਕਾਰਾਂ ਨੂੰ ਰੱਦ ਕਰ ਦੇਗੀ ਤੇ ਉਹਨਾਂ ਢੰਗ ਤਰੀਕਿਆਂ ਨੂੰ ਸਾਰੇਗੀ ਜਿਨ੍ਹਾਂ ਨਾਲ ਮਨੁੱਖ ਮਨੁੱਖ ਦੇ ਨੇੜੇ ਆ ਸਕੇਗਾ ਤੇ ਵਿਸ਼ਵਾਸ ਤੇ ਸੁਰੱਖਿਆ ਦੇ ਸੁਖਾਵੇ ਵਾਤਾਵਰਣ 'ਚ ਉਹ ਆਪਣਾ ਆਪਾ ਖੁੱਲਕੇ ਪ੍ਰਗਟਾ ਸਕੇਗਾ ਜਿਉਂ ਜਿਉਂ ਮਨੁੱਖ ਸਭਿਅਕ ਹੁੰਦਾ ਗਿਆ ਤੇ ਉਹ ਤੇ ਉਦਾਸ ਹੁੰਦਾ ਗਿਆ ਜਿਉਂ ਜਿਉਂ ਸਮਾਜ ਉਸਰਦਾ ਗਿਆ ਤਿਉਂ ਤੇ ਮਨੁੱਖ ਤੇ ਬੰਧਨ ਤੇ ਰੋਕਾਂ ਵਧੀਆਂ ਗਈਆਂ ਮਨੁੱਖ ਚ ਆਜ਼ਾਦ ਵਿੱਚ ਰਹੰਦੀ ਖ ਸਦੀ ਵੀ ਤਾੰਗ ਹੈ ਇਹ ਤਾੰਗ ਹੀ ਆਜ਼ਾਦੀ ਦੇ ਸੰਗਰਾਮਾਂ ਨੂੰ ਜਨਮ ਦਿੰਦੀ ਹੈ ਜਦੋਂ ਇਸ ਤਾੰਗ ਤੇ ਰੋਕਾਂ ਲੱਗਦੀਆਂ ਤਾਂ ਮਨੁੱਖ ਕਲਪਨਾ ਦਾ ਸਹਾਰਾ ਲੈਂਦੇ ਜੇ ਮਨੁੱਖ ਸਮਾਜ 'ਚ ਨਾ ਰਹਿ ਰਿਹਾ ਹੁੰਦਾ ਤਾਂ ਉਹਨੂੰ ਕਲਪਨਾ ਦੀ ਲੋੜ ਨਹੀਂ ਸੀ ਪੈਣੀ ਉਨੂੰ ਕਲਪਨਾ ਦੀ ਲੋੜ ਪਈ ਤਾਂ ਕਿਉਂਕਿ ਵਸਤਵਿਕਤਾ ਨਾਲ ਉਹਦੀ ਤਸੱਲੀ ਨਹੀਂ ਹੋਈ ਜਿਹੋ ਜਾਂ ਜੀਵਨ ਉਹ ਜਿਉਣਾ ਚਾਹੁੰਦਾ ਹੈ ਉਹ ਸਮਾਜ ਵਿੱਚ ਰਹਿੰਦੇ ਆ ਸੰਭਵ ਨਹੀਂ ਹੁੰਦਾ ਇਸ ਅਸੰਭਵ ਨੂੰ ਸੰਭਵ ਬਣਾਉਣ ਵਾਸਤੇ ਮਨੁੱਖ ਕਲਪਨਾ ਨਾਲ ਉੱਚਾ ਉੱਠਦਾ ਹੈ ਇਸੇ ਸੰਸਾਰ ਦੇ ਸਮਾਨੰਤਰ ਕਲਪਨਾ ਨਾਲ ਇੱਕ ਹੋਰ ਸੰਸਾਰ ਦੀ ਉਸਾਰੀ ਹੀ ਕਲਾ ਹੈ ਕਿਹੋ ਜਿਹਾ ਵੀ ਸਮਾਜ ਸਿਰਜ ਲਿਆ ਜਾਵੇ ਉਹ ਮਨੁੱਖ ਦੀਆਂ ਸਾਰੀਆਂ ਤੰਗਾਂਵ ਮੰਗਾਂ ਤੇ ਪੂਰਾ ਨਹੀਂ ਉਤਰੇਗਾ ਸੋ ਮਨੁੱਖ ਨੂੰ ਹਰ ਸਮਾਜ ਤੇ ਹਰੇਕ ਯੁੱਗ ਵਿੱਚ ਕਲਪਨਾ ਦਾ ਸਹਾਰਾ ਲੈਣਾ ਪੈਂਦਾ ਰਹੇਗਾ। ਇਵੇਂ ਹਰ ਯੁੱਗ ਵਿੱਚ ਕਲਾ ਦਾ ਮਹੱਤਵ ਬਣਿਆ ਰਹੇਗਾ। ਹਰ ਪੀੜੀ ਆਪਣੀਆਂ ਤੰਗਾਂ ਔ ਮੰਗਾਂ ਦੇ ਸੰਦਰਭ ਵਿੱਚ ਕਲਾ ਦਾ ਨਿਰਮਾਣ ਕਰਦੀ ਹੈ। ਕਿਉਂਕਿ ਹਰ ਪੀੜੀ ਵੱਖਰੇ ਢੰਗ ਨਾਲ ਸੋਚਦੀ ਹੈ। ਆਪਣੇ ਆਪ ਨੂੰ ਵੱਖਰੇ ਢੰਗ ਨਾਲ ਪ੍ਰਗਟਾਉਂਦੀ ਹੈ। ਨੱਚਣ ਲਈ ਵੱਖਰੇ ਢੰਗ ਨਾਲ ਲੱਤਾਂ ਬਾਹਾਂ ਹਿਲਾਉਂਦੀ ਹੈ। ਜਿਨ੍ਹਾਂ ਸਮਾਜਾਂ 'ਚ ਮਨੁੱਖ ਤੇ ਪ੍ਰਕਿਰਤੀ ਦਾ ਰਿਸ਼ਤਾ ਜੇ ਬਰਕਰਾਰ ਹੈ ਉਥੇ ਕਲਪਨਾ ਦਾ ਸਹਾਰਾ ਲੈਣ ਤੇ ਕਲਾ ਸਿਰਜਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਥੇ ਪ੍ਰਕਿਰਤੀ ਨੂੰ ਹੀ ਅਦਭੁਤ ਕਲਾ ਸਮਝਿਆ ਜਾਂਦਾ ਹੈ ਪੰਛੀਆਂ ਨੂੰ ਕਲਪਨਾ ਦੀ ਲੋੜ ਨਹੀਂ ਕਿਉਂਕਿ ਅਜੇ ਵੀ ਪ੍ਰਕਿਰਤੀ ਦਾ ਭਾਗ ਹਨ ਜਿਉਂ ਜਿਉਂ ਮਨੁੱਖ ਪ੍ਰਕਿਰਤੀ ਤੋਂ ਦੂਰ ਜਾਂਦਾ ਹੈ ਤਿਉਂ ਤਿਉਂ ਕਲਪਨਾ ਤੇ ਕਲਾ ਦੀ ਵਧੇਰੇ ਲੋੜ ਪੈਂਦੀ ਹੈ ਕਿਰਤੀ ਦੀ ਗੋਦ 'ਚ ਅਸੀਂ ਰੱਬ ਨੂੰ ਕਲਾਕਾਰ ਤੇ ਪ੍ਰਕਿਰਤੀ ਨੂੰ ਕਲਾ ਦੇ ਰੂਪ 'ਚ ਦੇਖਦੇ ਹਾਂ ਸਭ ਪ੍ਰਕਾਰ ਦੀ ਕਲਾ ਦਾ ਸਰੋਤ ਪ੍ਰਕਿਰਤੀ ਹੈ ਪ੍ਰਕਿਰਤੀ ਦੀਆਂ ਸਾਧੀਆਂ ਹੋਈਆਂ ਆਵਾਜ਼ਾਂ ਸੰਗੀਤ ਹਨ ਪ੍ਰਕਿਰਤੀ ਦੇ ਦ੍ਰਿਸ਼ ਚਤਰਕਾਰੀ ਹਨ ਪ੍ਰਕਿਰਤੀ ਦਾ ਪ੍ਰਗਟਾਵਾ ਕਵਿਤਾ ਹੈ ਪਹਾੜ ਪਵਨ ਨਿਰਮਾਨ ਕਲਾ ਦੇ ਨਮੂਨੇ ਹਨ ਪ੍ਰਕਿਰਤੀ ਨਾਲ ਮਿਲਾਈ ਹੋਈ ਸੁਰ ਗੀਤ ਹਨ ਪ੍ਰਕਿਰਤੀ ਦੇ ਜੀਵਾਂ ਦਾ ਸਥੂਲ ਰੂਪ ਮੂਰਤੀ ਕਲਾ ਹੈ ਹਵਾਵਾਂ ਦਾ ਚੱਲਣਾ ਬੂਟਿਆਂ ਦਾ ਝੂਮਣਾ ਝਰਨੇ ਦਾ ਵਹਿਣਾ ਨਾਚ ਹਨ ਜਿਹੜੇ ਸਮਾਜ ਪ੍ਰਕਿਰਤੀ ਦੇ ਨੇੜੇ ਹਨ ਉਹਨਾਂ ਨੂੰ ਸਾਹਿਤ ਸਿਰਜਣ ਦੀ ਲੋੜ ਹੀ ਨਹੀਂ ਕਿੰਨੀ ਅਜੀਬ ਗੱਲ ਹੈ ਮਨੁੱਖੇ ਨਾਲ ਸੰਤੁਸ਼ਟ ਲੋਕਾਂ ਨੂੰ ਪਛੜੇ ਹੋਏ ਤੇ ਅਸਭਿਅਕ ਕਹਿੰਦਾ ਹੈ ਹੁਣ ਜਦੋਂ ਮਨੁੱਖ ਸੋਚਦਾ ਹੈ ਕਿ ਕੀ ਗੁਆਇਆ ਕੀ ਪਾਇਆ ਤਾਂ ਪ੍ਰਸੰਨ ਹੋਣ ਦੀ ਥਾਂ ਉਦਾਸ ਹੋ ਜਾਂਦਾ ਹੈ ਇਸ ਉਦਰੇਵੇਂ ਤੇ ਉਦਾਸੀ ਨੂੰ ਘਟਾਉਣ ਲਈ ਉਹ ਕਲਾ ਦਾ ਪੱਲਾ ਫੜਦਾ ਹੈ ਸਾਨੂੰ ਆਪਣੇ ਸੁਭਾਅ ਚੋਂ ਸਵਾਰਥ ਤੇ ਲਾਲਸਾ ਦਾ ਤਿਆਗ ਕਰਨ ਲਈ ਉੱਚੀਆਂ ਸੋਚਾਂ ਨੂੰ ਸਥਾਪਿਤ ਕਰਨਾ ਪੈਂਦਾ ਹੈ ਇਹ ਉਚੀਆਂ ਸੋਚਾਂ ਕਿਸੇ ਦੀ ਮਲਕੀਅਤ ਨਹੀਂ ਹੋਣਗੀਆਂ ਇਹਨਾਂ ਦਾ ਕੋਈ ਮਾਲਕ ਨਹੀਂ ਹੋਏਗਾ ਇਹਨਾਂ ਦਾ ਕੋਈ ਮੁਲਕ ਨਹੀਂ ਹੋਏਗਾ ਇਹਨਾਂ ਦੀ ਕੋਈ ਜ਼ਾਤ ਨਹੀਂ ਹੋਏਗੀ ਕਲਾ ਤੋਂ ਬਿਨਾ ਜੀਵਨ ਦਾ ਭੇਤ ਪਾਉਣਾ ਸੰਭਵ ਨਹੀਂ ਕਲਾ ਤੋਂ ਬਿਨਾ ਜੀਵਨ ਦੇ ਵਿਸ਼ਾਲ ਮਾਰਗ ਤੇ ਨਹੀਂ ਵਿਚਰਿਆ ਜਾ ਸਕਦਾ ਹਰ ਇੱਕ ਵਿਅਕਤੀ ਸਫਲ ਅਸਫਲ ਜਾਂ ਘਟਵਧ ਕਲਾਕਾਰ ਹੁੰਦਾ ਹੈ ਕਿਉਂਕਿ ਹਰ ਵਿਅਕਤੀ ਜੀਵਨ ਮਾਨਣਾ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਦੁਨੀਆ ਸੋਹਣੀ ਬਣੇ ਜੀਵਨ ਅੱਗੇ ਵਧੇ ਪਰ ਸਭ ਖੇਤਰਾਾਂ ਚ ਆਰਥਿਕ ਸਮੱਸਿਆਵਾਂ ਤੇ ਰਾਜਨੀਤੀ ਦਾ ਦਖਲ ਇੰਨਾ ਵਧੇ ਰਿਹਾ ਹੈ ਕਿ ਸਾਡੇ ਸੁਪਨੇ ਖੰਡਰ ਬਣ ਜਾਂਦੇ ਹਨ ਜੇ ਕਲਾ ਦਾ ਵਿਕਾਸ ਨਾ ਹੋਇਆ ਤੇ ਮਨੁੱਖ ਦਾ ਕੀ ਬਣੇਗਾ ਆਤਮਾ ਬੁੱਧੀ ਤੇ ਮਨ ਦੇ ਖੇਤਰ ਵੱਖੋ ਵੱਖਰੇ ਹਨ ਧਰਮ ਸਾਡੀ ਆਤਮਾ ਨਾਲ ਸੰਬੰਧਿਤ ਹੈ ਗਿਆਨ ਦਾ ਸੰਬੰਧ ਸਾਡੀ ਬੁੱਧੀ ਨਾਲ ਹੈ ਕਲਾ ਸਾਡੇ ਮਨ ਨੂੰ ਮੁਖਾਤਬ ਹੁੰਦੀ ਹੈ ਆਲੇ ਦੁਆਲੇ ਜਿਸੀਂ ਸਰੀਰਕ ਪੱਧਰ ਤੇ ਵਿਚਰਦੇ ਹਾਂ ਰੋਜ਼ਗਾਰ ਜੌਬ ਉਪਜਿਵਕਾ ਲਈ ਅਸੀਂ ਬૌਧਿਕ ਪੱਧਰ ਤੇ ਵਿਚਰਦੇ ਹਾਂ ਕਲਾ ਮਨ ਨੂੰ ਦਿੱਤੀ ਦਾਵਤ ਹੈ ਇਹ ਸੋਚ ਨੂੰ ਪਾਇਆ ਛਗਨ ਹੈ ਇਹ ਅਨੁਭਵ ਨੂੰ ਵਿਸ਼ਾਲ ਕਰਨ ਦਾ ਬੁਲਾਵਾ ਤਜਰਬੇ ਦੀ ਅਮੀਰੀ ਤੇ ਸੋਚ ਦੀ ਇਮਾਨਦਾਰੀ ਨਵੇਂ ਅਨੁਭਵਾਂ ਦੇ ਬੂਹੇ ਖੋਲਦੀ ਹੈ ਪਾਲਣ ਪੋਸਣ ਦੌਰਾਨ ਸਾਨੂੰ ਵਿਸ਼ੇਸ਼ ਸੰਕਲਪ ਤੇ ਵਿਸ਼ਵਾਸ ਮਿਲਦੇ ਹਨ ਅਸੀਂ ਹਰ ਥਾਂ ਆਪਣੇ ਆਪਣੇ ਧਾਰਮਿਕ ਸੱਭਿਆਚਾਰਕ ਤੇ ਰਾਜਨੀਤਿਕ ਵਿਸ਼ਵਾਸਾਂ ਨੂੰ ਨਾਲ ਚੁੱਕੇ ਫਿਰਦੇ ਹਾਂ ਹਰ ਵੇਲੇ ਅਸੀਂ ਉਹਨਾਂ ਨੂੰ ਸੱਚ ਮੰਨਦੇ ਹਾਂ ਤੇ ਦੂਜਿਆਂ ਦੇ ਜਿਹੜੇ ਵਿਸ਼ਵਾਸ ਸਾਡੇ ਵਿਸ਼ਵਾਸਾਂ ਨਾਲ ਮੇਲ ਨਹੀਂ ਖਾਂਦੇ ਉਹਨਾਂ ਨੂੰ ਅਸੀਂ ਪੱਖਪਾਤ ਅੰਧ ਵਿਸ਼ਵਾਸ ਭਰਮ ਤੇ ਭੁਲੇਖੇ ਕਹਿੰਦੇ ਹਾਂ ਸਾਡੇ ਪੱਖਪਾਤ ਸਾਡੀਆਂ ਰੌ ਰੀਤਾਂ ਸਾਡੀਆਂ ਆਦਤਾਂ ਸਾਡੇ ਵਿਸ਼ਵਾਸਾਂ ਤੇ ਸੰਕਲਪਾਂ ਉੱਤੇ ਅਧਾਰਿਤ ਹੁੰਦੀਆਂ ਹਨ ਅਸੀਂ ਜੋ ਕੁਝ ਸੁਣਦੇ ਤੇ ਦੇਖਦੇ ਹਾਂ ਉਹਨੂੰ ਵਿਸ਼ੇਸ਼ ਰੰਗ 'ਚ ਉਪਰੋਕਤ ਦੇ ਸੰਦਰਭ 'ਚ ਵੀ ਵਿੱਚ ਹੀ ਸਮਝਦੇ ਪਰਖਦੇ ਪਰਵਾਨ ਅਪਰਵਾਨ ਕਰਦੇ ਹਾਂ ਨਰਮ ਜਾਂ ਕਠੋਰ ਹੋਣਾ ਮਿਹਰਬਾਨ ਜਾਂ ਨਿਰਦਈ ਹੋਣਾ ਪਰਉਪਕਾਰੀ ਜਾਂ ਸਵਾਰਥੀ ਹੋਣਾ ਸਾਡੇ ਤੇ ਨਿਰਭਰ ਨਹੀਂ ਕਰਦਾ ਇਹਨਾਂ ਦਾ ਆਧਾਰ ਸਾਡਾ ਸੱਭਿਆਚਾਰ ਹੁੰਦਾ ਹੈ ਅਸੀਂ ਮੁਸੀਬਤ ਤੇ ਮੌਤ ਨੂੰ ਬੇਈਮਾਨੀ ਤੇ ਭ੍ਰਿਸ਼ਟਾਚਾਰ ਨੂੰ ਲਾਪਰਵਾਹੀ ਤੇ ਬੇਈਮਾਨੀ ਨੂੰ ਆਪਣੇ ਸੱਭਿਆਚਾਰਕ ਸੰਦਰਭ ਤੇ ਮੁਹਾਵਰੇ ਵਿੱਚ ਹੀ ਪੇਸ਼ ਕਰਦੇ ਕੰਮ ਤੇ ਕਲਾ ਪ੍ਰਤੀ ਸਾਡੇ ਉਦੇਸ਼ ਤੇ ਦ੍ਰਿਸ਼ਟੀਕੋਣ ਸਾਡੇ ਸੱਭਿਆਚਾਰਕ ਖਮੀਰ ਵਿੱਚੋਂ ਉਪਜਦੇ ਹੈ ਸਾਡੇ ਸੱਭਿਆਚਾਰ 'ਚ ਕੰਮ ਕੀਤੇ ਬਿਨਾ ਨਾ ਖੁਸ਼ੀ ਮਿਲਦੀ ਐ ਨਾ ਸਮਾਂ ਲੰਘਦਾ ਤੇ ਜਦੋਂ ਕਿਸੇ ਨੂੰ ਕੰਮ ਦਾ ਸ਼ੌਕ ਪੈ ਜੇ ਉਹੀ ਕਲਾ ਦੇ ਰਾਹ ਪੈਂਦਾ ਹੈ ਕਲਾ ਵਾਸਤਵ 'ਚ ਆਤਮਾ ਬੁੱਧੀ ਮਨ ਤੇ ਹੱਥਾਂ ਦੀ ਇਕਕਲੀ ਗਲੇਰ ਹੁੰਦੀ ਐ ਇਹ ਆਪ ਪਰਸੰਨ ਹੋਣ ਤੇ ਦੂਜਿਆਂ ਨੂੰ ਪਰਸੰਨ ਕਰਨ ਦੀ ਬਿਲਾਸ਼ਾ ਝੂਕ ਜਦੀ ਹੈ ਜਿਸ ਦਾ ਸਾਥੀ ਪਰਸੰਨ ਤੇ ਸੰਤੁਸ਼ਟ ਨਹੀਂ ਉਹਦੀ ਵਿੱਦਿਆ ਨਿਸਫਲ ਐ ਉਹਦੀ ਚਤਰਾਈਆ ਸਫਲ ਐ ਉਦੀ ਪੂਜਾ ਨਿਰਾਰਥਕ ਹੈ ਉਦੀ ਅਰਦਾਸ ਅਪਰਵਾਹ ਨਹੀਂ ਤਾਜ ਮਹਿਲ ਉਸਾਰਨਾ ਹੀ ਕਲਾ ਨਹੀਂ ਆਲੇ ਦੁਆਲੇ ਨਾਲ ਇੱਕ ਸੁਰ ਹੋਣਾ ਵੀ ਕਲਾ ਹੈ ਦੂਜਿਆਂ ਨੂੰ ਆਪਣੇ ਵਰਗਾ ਸਮਝਣਾ ਵੀ ਕਲਾ ਹੈ ਕਿਸੇ ਪੁਸਤਕ ਵਿੱਚ ਉੱਤਰ ਜਾਣਾ ਮਨ ਦੇ ਪੱਖੋਂ ਉੱਚੇ ਉੱਠਣਾ ਵੀ ਕਲਾ ਹੈ ਸਹੀ ਸੁਖਾਵੇ ਢੰਗ ਨਾਲ ਜੀਵਨ ਜਿਉਣਾ ਵੀ ਕਲਾ ਹੈ ਕਿਸੇ ਨੂੰ ਸਹਿਯੋਗ ਦੇਣ ਲਈ ਤਤਪਰ ਰਹਿਣਾ ਕਿਸੇ ਵੱਲੋਂ ਮਿਲੇ ਸਹਿਯੋਗ ਨੂੰ ਯਾਦ ਰੱਖਣਾ ਵੀ ਕਲਾ ਹੈ ਪ੍ਰਕਿਰਤੀ ਵਿੱਚ ਪ੍ਰਕਿਰਤੀ ਦਾ ਭਾਗ ਹੋ ਕੇ ਵਿਚਰਨਾ ਦੂਜਿਆਂ ਨੂੰ ਸ਼ੁਭਕਾਮਨਾਵਾਂ ਦੇਣਾ ਵੱਡਿਆਂ ਦਾ ਸਤਿਕਾਰ ਕਰਨਾ ਛਿੱਕਿਆਂ ਨੂੰ ਪਿਆਰ ਕਰਨਾ ਤੇ ਆਪਣੇ ਆਪ ਨਾਲ ਪ੍ਰਸੰਨ ਹੋਣਾ ਵੀ ਕਲਾ ਹੈ ਦੂਜਿਆਂ ਨੂੰ ਚੰਗਾ ਲੱਗਣ ਵਾਲਾ ਕੁਝ ਕਰਨਾ ਕਲਾ ਹੈ ਜੇ ਨੱਚ ਨਹੀਂ ਸਕਦੇ ਤਾਂ ਨੱਚਦਿਆਂ ਨੂੰ ਉਤਸ਼ਾਹ ਦੇਣਾ ਕਲਾ ਹੈ ਜੇ ਤੁਸੀਂ ਗਾ ਨਹੀਂ ਸਕਦੇ ਤਾਂ ਗਾਉਣ ਵਾਲੇ ਦੀ ਪ੍ਰਸ਼ੰਸਾ ਵਿੱਚ ਠੀਕ ਸਮੇਂ ਤੇ ਤਾੜੀ ਮਾਰਨਾ ਵੀ ਕਲਾ ਹੈ ਸਦ ਭਾਵਨਾ ਨਾਲ ਵਿਛੜਨਾ ਵੀ ਖੋਨਰ ਹੈ ਕੁਝ ਸਿਰਜਣਾ ਤਾਂ ਹੈ ਹੀ ਕਲਾ ਕਲਾ ਜੀਵਨ ਪ੍ਰਤੀ ਹਾਂ ਪੱਖੀ ਹੁੰਗਾਰ ਹੁੰਦੀ ਹੈ ਜਿਸ ਵਿੱਚ ਕਲਾ ਦੀ ਕੋਈ ਵੀ ਕਣੀ ਹੈ ਉਹ ਇਸਤਰੀਆਂ ਦੇ ਸਾਥ ਵਿੱਚ ਪਰਸੰਨ ਹੋਏਗਾ ਇਸਤਰੀ ਸੁਭਾਵ ਵੱਜੋਂ ਹੀ ਕਲਾ ਦੀ ਪ੍ਰਸ਼ੰਸਕ ਹੁੰਦੀ ਹੈ ਇਸੇ ਕਰਕੇ ਇਸਤਰੀਆਂ ਕਲਾਕਾਰਾਂ ਵੱਲ ਸਹਿਜੇ ਖਿੱਚੀਆਂ ਜਾਂਦੀਆਂ ਹਨ ਧੰਨਵਾਦ ਚਲਦਾ